ਅਰਪ੍ਰੀਤ ਸਿੰਘ ਜਵੰਦਾ ਦੀਆਂ ਕਹਾਣੀਆਂ ਪਹਿਲੀ ਕਹਾਣੀ ਡੱਬਾ ਖੁੱਲਿਆ ਹੀ ਸੀ ਕਿ ਉਤਰੀ ਆਉਂਦੀ ਦਿਸ ਪਈ ਇਹ ਸੋਚ ਛੇਤੀ ਨਾਲ ਟੱਕਣ ਬੰਦ ਕਰ ਦਿੱਤਾ ਕਿ ਕਿਧਰੇ ਰੋਟੀ ਖਾਂਦੇ ਨੂੰ ਵੇਖ ਅਗਲੇ ਪਾਸੇ ਨਾ ਚਲੀ ਜਾਵੇ ਫਿਰ ਸਹਿਜ ਹੁੰਦਾ ਹੋਇਆ ਉਹਦੇ ਕੋਲ ਪਹੁੰਚਣ ਦੀ ਉਡੀਕ ਕਰਨ ਲੱਗਾ ਉਹ ਆਉਂਦੀ ਆਂ ਅੱਖਣ ਲੱਗੀ ਵੀਰਾ ਸੈਂਡਲ ਦੀ ਬੱਧਰੀ ਠੀਕ ਕਰਵਾਉਣੀ ਐ ਪਰ ਤੂੰ ਪਹਿਲਾਂ ਰੋਟੀ ਖਾ ਲੈ ਸ਼ਾਇਦ ਉਹਨੇ ਮੈਨੂੰ ਡੱਬਾ ਬੰਦ ਕਰਦੇ ਨੂੰ ਵੇਖ ਲਿਆ ਸੀ ਅਜੀ ਪਿਛਲੇ ਮਹੀਨੇ ਸ਼ੋਰੂਮ ਦੇ ਬਾਹਰ ਇਹ ਜਗ੍ਹਾ ਕਿਰਾਏ ਤੇ ਲਈ ਸੀ। ਅਸੂਲ ਬਣਾਇਆ ਸੀ ਕਿ ਕਿਰਾਏ ਵਾਲੇ 100 ਰੁਪਏ ਪੂਰੇ ਹੋਣ ਤੇ ਹੀ ਰੋਟੀ ਵਾਲਾ ਡੱਬਾ ਖੋਲ੍ਹਿਆ ਕਰਨਾ ਹੈ। ਪਰ ਉਸ ਦਿਨ ਹਲਕੇ ਬੁਖਾਰ ਵਿੱਚ ਰੋਟੀ ਖਾਣੋਂ ਸਰੀਰ ਬੇਜਾਨ ਜਿਹਾ ਹੋ ਰਿਹਾ ਸੀ। ਸੋ ਅਖੀਰ ਅਸੂਲ ਤੋੜਨਾ ਹੀ ਪਿਆ ਤੇ ਮੈਂ ਉਹਨੂੰ ਸੈਂਡਲ ਦੇਣ ਲਈ ਬੇਨਤੀਆਂ ਕਰਦਾ ਰਿਹਾ ਤੇ ਉਹ ਮੈਨੂੰ ਰੋਟੀ ਮਕਾਉਣ ਲਈ ਆਖਦੀ ਰਹੀ। ਅਖੀਰ ਮੇਰੇ ਮਨ ਦੇ ਬਲਵਲੇ 부ਝ ਕੋਲ ਪਏ ਅਖਬਾਰ ਦੀ ਪੁਰਾਣੀ ਟੋਟੀ ਤੇ ਇੰਨੀ ਗੱਲ ਲੱਗਦਿਆਂ ਚੌਂਕੜੀ ਮਾਰ ਪੁੰਜੀ ਬੈਠ ਗਈ ਕਿ ਕਮਲਿਆ ਮੈਂ ਕਿਧਰੇ ਨਹੀਂ ਜਾਂਦੀ ਤੂੰ ਆਰਾਮ ਨਾਲ ਪਹਿਲਾਂ ਰੋਟੀ ਟੁਕ ਮੁਕਾ ਲੈ ਮਾਂ ਅਕਸਰ ਦਸਦੀ ਹੁੰਦੀ ਸੀ ਮੈਥੋਂ ਨਿੱਕੀ ਵੀ ਸੀ ਪਰ ਪੈਦਾ ਹੁੰਦੇ ਹੀ ਮੁੱਕ ਗਈ ਸੀ ਅਖਬਾਰ ਦੇ ਟੋਟੇ ਨਾਲ ਕਦੇ-ਕਦੇ ਮੈਨੂੰ ਵੀ ਹਵਾ ਮਾਰ ਦਿੰਦੀ ਵੱਲ ਤੱਕਦਿਆਂ ਇੰਜ ਮਹਿਸੂਸ ਹੋ ਰਿਹਾ ਸੀ ਜਿਦਾਂ ਨਿੱਕੇ ਹੁੰਦੇ ਆ ਮੁੱਕ ਗਏ ਅੱਜ ਬੇਬੇ ਨਾਨਕੀ ਵਾਲਾ ਰੂਪ ਤਾਂ ਅੱਜ ਬੇਬੇ ਨਾਨਕੀ ਵਾਲਾ ਰੂਪ ਧਾਰ ਐਨ ਸਾਹਮਣੇ ਆਣ ਬੈਠੀ ਹੋਵੇ ਤੇ ਮਤ ਦੇ ਰਹੀ ਹੋਵੇ ਕਿ ਕਮਲਿਆ ਨਾਨਕ ਵਾਲੀ ਸੱਚੀ ਕਿਰਤ ਕਰਦਾ ਰਹੇਗਾ ਤਾਂ ਨਾਂਗਾ ਘਕ ਘਟ ਹੋਣਗੇ ਤੇ ਨਾ ਹੀ ਕਦੇ ਦੇਣ ਵਾਲੇ ਕਰਾਈ ਦੀ ਥੋੜ੍ਹ ਰਹੇਗੀ ਅਗਲੀ ਕਹਾਣੀ 12 ਘੰਟੀ ਵਜਈ ਡਾਕੀਆਂ ਸੀ ਸਾਲ ਪਹਿਲਾਂ ਰੁਸਕੇ ਪਿੱਗੇ ਚਲੀ ਗਈ ਰੇਸ਼ਮਕੌਰ ਦੀ ਚਿੱਠੀ ਸੀ ਮੈਂ ਪਹਿਲਾਂ ਕਿਉਂ ਬੁਲਾਵਾਂ ਇਹ ਸੋਚ ਕੋਈ ਸੁਨੇਹਾ ਤੱਕ ਵੀ ਸੀ ਕੱਲਿਆ ਮੇਰੀ ਮਰਦਾਨਗੀ ਦਾ ਮਹਿਲ ਟਹਿ ਟੇਰੀ ਜੋ ਹੁੰਦਾ ਸੀ ਚਿੱਠੀ ਖੋਲੀ ਅੰਦਰ ਲਿਖਿਆ ਸੀ ਸੁਣੋ ਜੀ ਉੜਦੀ ਉੜਦੀ ਸੁਣੀ ਕਿ ਤੁਸੀਂ ਸਰਵਣ ਦੇ ਵਿਆਹ ਲਈ ਹਾਂ ਕਰ ਦਿੱਤੀ ਮੇਰੀ ਰਾਏ ਜਾਣੇ ਬਗੈਰ ਮਾਂ ਹਾਂ ਉਹਦੀ ਰੁਸ ਗਈ ਕਿਦਰੇ ਮਰੀ ਥੋੜੀਆਂ ਇੱਕ ਵੇਰ ਪੁੱਛ ਹੀ ਲੈਂਦੇ ਕਿਹੜੇ ਨਾਂ ਕਰ ਦੇਣੀ ਸੀ ਇੱਕ ਗੱਲ ਹੋਰ ਮੈਂ ਤਾਂ ਰੁੱਸਣ ਦਾ ਸਿਰਫ ਬਹਾਨਾ ਹੀ ਕੀਤਾ ਸੀ ਰੁੱਸੀ ਥੋੜੀ ਸੀ ਪਾਪਾ ਜੀ ਦੀ ਬਿਮਾਰੀ ਬਾਰੇ ਦੱਸ ਜੇ ਪੇਕੇ ਜਾਣ ਬਾਰੇ ਸਿੱਧਾ ਪੁੱਛਦੀ ਤਾਂ ਤੁਸੀਂ ਗੁੱਸੇ ਹੋ ਜਾਣਾ ਸੀ ਫਿਰ ਸੋਚਿਆ ਘੜੀ ਦੀ ਘੜੀ ਝੂਠੀ ਮੁੱਠੀ ਦੀ ਗੁੱਸੇ ਹੋ ਜਾਣੀ ਆ ਮੈਨੂੰ ਤੁਸੀਂ ਤੇ ਸਰਵਨ ਦੋਵੇਂ ਬੜੇ ਚੇਤੇ ਆਉਂਦੇ ਹੋ ਪਾਪਾ ਜੀ ਦੇ ਠੀਕ ਹੁੰਦੇ ਹੀ ਵਾਪਸ ਪਰਤਾਂਵਾਂਗੀ ਤੁਹਾਡੀ ਰੇਸ਼ਮ ਕੌਰ ਸੁੰਨ ਹੋ ਗਿਆ ਅਚਾਨਕ ਫਿਰ ਘੰਟੀ ਵੱਜੀ ਬਾਰ ਸਰਵਨ ਸਿੰਘ ਤੇ ਉਹਦੀ ਨਵੀਂ ਵਿਆਹੀ ਸਨ ਦਰਬਾਰ ਸਾਹਿਬ ਮੱਥਾ ਟੇਕ ਵਾਪਸ ਪਰਤੇ ਸਨ ਸਰਵਰ ਦੀਆਂ ਅੱਖਾਂ 'ਚ ਹੰਝੂ ਸਨ ਆਖਣ ਲੱਗਾ ਜੇ ਅੱਜ ਬੀਜੀ ਜਿਉਂਦੀ ਹੁੰਦੀ ਤਾਂ ਇੱਕ ਵਾਰ ਫੇਰ ਪਾਣੀ ਵਾਰ ਅੰਦਰ ਲੰਘਾਉਂਦੀ ਮੈਂ ਦੂਜੀ ਵਾਰ ਫੇਰ ਸੁੰਨ ਹੋ ਗਿਆ ਉਸੇ ਵੇਲੇ ਹੱਥ ਫੜੀ ਚਿੱਠੀ ਦੀ ਤਾਰੀਖ ਪੜੀ 6 ਮਹੀਨੇ ਪਹਿਲਾਂ ਲਿਖੀ ਸੀ ਗੱਲ ਉਹਨਾਂ ਵੇਲਾਂ ਦੀ ਹੈ ਜਦੋਂ ਚਿੱਠੀਆਂ ਅਕਸਰ ਹੀ ਲੇਟ ਹੋ ਜਾਇਆ ਕਰਦੀਆਂ ਸਨ ਕਈ ਵੇ ਢਾਕੇ ਦੀ ਗਲਤੀ ਕਰਕੇ ਤੇ ਕਈ ਵਾਰ ਉਸ ਸੋਚ ਕਰਕੇ ਜਿਹੜੀ ਇਨਾਕ ਕਲਮਾਂ ਦੇ ਵੱਡੇ ਕਾਫਲੇ ਥੰਮ ਲਿਆ ਕਰਦੀ ਕਿ ਮੈਂ ਪਹਿਲ ਕਿਉਂ ਕਰਾਂ ਅਗਲਾ ਹੀ ਕਰੇ ਅਗਲੀ ਕਹਾਣੀ ਅਸੀਂ ਦੋਵੇਂ ਭਰਾ ਜੋੜੇ ਪੈਦਾ ਹੋਏ ਸਾਂ ਪਰ ਦਸ ਦੇ ਮਾਂ ਦੀ ਕੁੱਖ ਪਹਿਲਾਂ ਮੈਂ ਛੱਡੀ ਸੀ ਸੋ ਮਾਂ ਹਮੇਸ਼ਾ ਮੈਨੂੰ ਹੀ ਵੱਡਾ ਮੰਦੀ ਆਈ ਸੀ ਨਿੱਕੇ ਨਾਲ ਹਮੇਸ਼ਾ ਹੀ ਕਿੰਨੇ ਸਾਰੇ ਲਾੜ ਲੜਾਏ ਜਾਂਦੇ ਮੈਨੂੰ ਕਦੀ ਬੁਰਾ ਨਾ ਲੱਗਦਾ ਪਰ ਉਹ ਹਰ ਵਾਰ ਬਰੋਬਰ ਵੰਡ ਕੇ ਦਿੱਤੀ ਆਪਣੀ ਹਰ ਚੀਜ਼ ਪਹਿਲਾਂ ਮੁਕਾ ਲਿਆ ਕਰਦਾ ਤੇ ਫਿਰ ਉਹਦੀ ਮੇਰੇ ਵਾਲੀ ਤੇ ਨਜ਼ਰ ਹੁੰਦੀ ਜਦੋਂ ਮੈਂ ਨਾ ਕਰ ਦਿੰਦਾ ਤਾਂ ਥੱਲੇ ਲੇਟਣ ਲੱਗ ਪੈਂਦਾ ਮੈਂ ਥੋੜਾ ਡਰ ਜਿਆ ਜਾਂਦਾ ਫਿਰ ਮਾਂ ਵੀ ਆਖ ਦਿੰਦੀ ਚਲ ਪੁੱਤ ਦੇ ਦੇ ਥੋੜੀ ਜੀ ਤੇਰਾ ਛੋਟਾ ਭਰਾ ਜੋ ਹੋਇਆ ਰੋਟੀ ਵੀ ਦੋਹਾਨੂੰ ਇਕੱਠਿਆਂ ਬੈਠ ਕੇ ਖਵਾਇਆ ਕਰਦੀ ਇੱਕ ਬੁਰਕੀ ਮੈਨੂੰ ਤੇ ਇੱਕ ਉਹਨੂੰ ਇਥੇ ਵੀ ਉਹ ਆਪਣੀ ਬੁਰਕੀ ਕਾਲੀ ਨਾਲ ਅੰਦਰ ਲੰਘਾ ਲਿਆ ਕਰਦਾ ਤੇ ਫਿਰ ਮੂੰਹ ਖੋਲ ਮੇਰੇ ਵੱਲ ਆਉਂਦੀ ਹੋਈ ਮਾਂ ਦੀ ਬਾਹ ਫੜ ਆਪਣੇ ਵੱਲ ਨੂੰ ਮੋੜ ਲਿਆ ਕਰਦਾ ਮੈਂ ਕੁਝ ਆਖਣ ਲੱਗਦਾ ਤੇ ਫਿਰ ਆਖਦੀ ਤੇਰਾ ਨਿੱਕਾ ਵੀਰਜ ਹੋਇਆ ਖਾ ਲੈਣ ਦੇ ਤੈਨੂੰ ਹੋਰ ਪਕਾ ਦਿਉ ਮੈਨੂੰ ਪਹਿਲਾਂ ਗੁੱਸਾ ਆਉਂਦਾ ਫਿਰ ਉਹ ਤੇ ਤਰਸ ਆ ਜਾਂਦਾ ਸਕੂਲੇ ਦਾਖਲ ਹੋਏ ਤਾਂ ਕਈ ਵਾਰ ਤੁਰੇ ਆਉਂਦਿਆਂ ਉਹਦਾ ਬਸਤਾ ਵੀ ਮੈਨੂੰ ਚੁਪਣਾ ਪੈਂਦਾ ਘਰ ਆ ਕੇ ਦੱਸਦਾ ਤਾਂ ਮਾਂ ਦਾ ਉਹੀ ਤਰਕ ਹੁੰਦਾ ਤੇਰਾ ਨਿੱਕਾ ਵੀਰਜ ਹੋਇਆ ਤਾਂ ਕੀ ਹੋਇਆ ਜੇ ਚੁੱਕ ਲਿਆ ਵੱਡੇ ਕਈ ਕੁਝ ਕਰਦੇ ਨਿਕਿਆ ਲਈ ਫਿਰ ਗੁੱਸਾ ਫੇਖੰਬ ਲਾ ਕੇ ਉੱਡ ਜਾਂਦਾ ਫਿਰ ਵੱਡੇ ਸਕੂਲੇ ਪੜ੍ਹਨੇ ਪਾਇਆ ਤਾਂ ਵੀ ਮੈਨੂੰ ਹੀ ਸਾਈਕਲ ਚਲਾ ਕੇ ਜਾਣਾ ਪੈਂਦਾ ਉਹ ਆਰਾਮ ਨਾਲ ਪਿੱਛੇ ਬੈਠਾ ਹੁੰਦਾ ਇੱਕ ਵਾਰ ਬੁਖਾਰ ਨਾਲ ਤਪਦੇ ਹੋਏ ਨੇ ਉਹਨੂੰ ਆਖ ਦਿੱਤਾ ਅੱਜ ਤੂੰ ਚਲਾ ਲੈ ਵੀਰ ਬਣ ਕੇ ਮੈਥੋਂ ਪੈडल ਨਹੀਂ ਵੱਜਦੇ ਅੱਗੋਂ ਆਖਣ ਲੱਗਾ ਮੇਰੇ ਵੀ ਲੱਤ ਬੜੀ ਦੁਖਦੀ ਹੈ ਮਨ ਨੂੰ ਫੇਰ ਤਰਸ ਜਿਆ ਆ ਗਿਆ ਫਿਰ ਜਵਾਨ ਹੋਏ ਦੋਹਾਂ ਦਾ ਵਿਆਹ ਹੋ ਗਿਆ ਫਿਰ ਵੱਡੇ ਵੱਡੇ ਫੈਸਲੇ ਸਹਿੜਕੇ ਲਿਆਂਦੀਆਂ ਨਾਲ ਦੀਆਂ ਦੀਆਂ ਸਲਾਹਾਂ ਨਾਲ ਹੋਣ ਲੱਗੇ ਫਿਰ ਅੰਦਰੋਂ ਅੰਦਰ ਤੁਖ ਦੀ ਇੱਕ ਦਿਨ ਭੰਬੜ ਬਣ ਗਈ ਤੇ ਵੰਡ ਬੰਡਾਈ ਵਾਲਾ ਦਿਨ ਆ ਗਿਆ ਮੈਂ ਉਹਦੇ ਹਿੱਸੇ ਆਈ ਵਿੱਚੋਂ ਆਪਣੇ ਫਾਰਮ ਹਾਊਸ ਨੂੰ ਜਾਣ ਲਈ ਰਾਹ ਮੰਗ ਲਿਆ ਉਹਨੇ ਨਾਲ ਦੀ ਨਾਲ ਸਲਾਹ ਕੀਤੀ ਤੇ ਫਿਰ ਸਾਫ਼ ਇਨਕਾਰ ਕਰ ਦਿੱਤਾ ਮੈਂ ਵਾਸਤਾ ਪਾਇਆ ਕਿੰਨੇ ਤਰਲੇ ਖੱਡੇ ਪਰ ਉੱਟਾਸ ਤੋਂ ਮਸ ਨਾ ਹੋਇਆ ਫਿਰ ਮੈਨੂੰ ਉਪਰੋਂ ਦੀ ਵੱਲ ਪਾ ਕੇ ਘਰੇ ਮੁੜਦੇ ਹੋਏ ਨੂੰ ਕਿੰਨੇ ਦਿਨ ਝੌਲਾ ਜੇ ਪਈ ਜਾਂਦਾ ਰਿਹਾ ਕਿ ਸਾਨੂੰ ਦੋਹਾਂ ਨੂੰ 9 ਮਹੀਨੇ ਆਪਣੇ ਢਿੱਡ ਅੰਦਰ ਰੱਖਣ ਵਾਲੀ ਉਹੀ ਮਾਂ ਮੜੀਆਂ ਵਿੱਚੋਂ ਮੁੜ ਪਰਤ ਆਉ ਤੇ ਨਿੱਕੇ ਨਾਲ ਹਿਰਖ ਕਰਦੀ ਹੋਈ ਇੰਨੀ ਗੱਲ ਜ਼ਰੂਰ ਆਖੋ ਵੇ ਪੁੱਤ ਮਨ ਜਾ ਇੰਜ ਨਹੀਂ ਕਰੀਦਾ ਦੋ ਕੁ ਕਰਮਾ ਉਹਦੇ ਰਾਜੋਗੀਆਂ ਛੱਡ ਦੇ ਤੇਰਾ ਵੱਡਾ ਭਰਾ ਜੋ ਹੋਇਆ ਪਰ ਮੈਨੂੰ ਵੰਡ ਵੰਡਾਈ ਦੇ ਚੱਕਰਾਂ ਵਿੱਚ ਲਗਭਗ ਕਮਲੇ ਹੋ ਗਏ ਨੂੰ ਕੌਣ ਸਮਝਾਉਂਦਾ ਕਿ ਮੂਰਖਾ ਤਰਸ ਨਾਮ ਦੀ ਚੀਜ਼ ਅਕਸਰ ਦਿਲ ਦੀਆਂ ਨਾਜ਼ੁਕ ਪਰਤਾਂ ਚੋਂ ਉਪਜਿਆ ਕਰਦੀ ਏ ਨਾ ਕਿ ਨਫੇ ਨੁਕਸਾਨ ਵਾਲੀ ਤਕੜੀ ਵਿੱਚ ਤੋਲ ਕੇ ਲਏ ਗਏ ਧਮਾਕੀ ਫੈਸਲਿਆਂ ਵਿੱਚੋਂ ਅਗਲੀ ਕਹਾਣੀ ਕਿਸੇ ਵੀਰ ਦਾ ਨਿੱਜੀ ਤਜਰਬਾ ਇੱਕ ਵਾਰ ਨਾਰੋਵਾਲ ਅੱਡੇ ਤੇ ਖਲੋਤਾ ਬਾਸੂ ਡਿੱਕੇ ਜਾਂਦਾ ਸੀ ਕੋਲ ਗੋਲ ਗੱਪਿਆਂ ਦੀ ਰੇੜੀ ਵਾਲੇ ਆਵਾਜ਼ ਮਾਰ ਲੇ ਸਰਦਾਰ ਜੀ ਜਾਂਦੇ ਜਾਂਦੇ ਮੇਰੀ ਰੇੜੀ ਦੇ ਦਾਣੇ ਵੀ ਖਾਂਦੇ ਜਾਓ ਨਾ ਨਾ ਕਰ ਸਕਿਆ ਫਿਰ ਪਤਾ ਹੀ ਨਾ ਲੱਗਾ ਕਦੋਂ ਕਿੰਨੇ ਸਾਰੇ ਖਾ ਵੀ ਗਿਆ ਮੁਰਸਬਿਹਾਰੇ ਪੁੱਛ ਲਿਆ ਸਿਆਲਕੋਟ ਵਾਲੀ ਬੱਸ ਕਿੰਨੇ ਵਜੇ ਆਉਣੀ ਹੈ ਅੱਗੇ ਆਖਣ ਲੱਗਾ ਸਰਦਾਰ ਜੀ ਇਹ ਤਾਂ ਟੈਕਸੀ ਸਟੈਂਡ ਏ ਬੱਸ ਤਾਂ ਇੱਥੋਂ ਥੋੜਾ ਹਟਵੀਂ ਚੱਲਣੀ ਏ ਇੰਨੀ ਗੱਲ ਸੁਣਦਿਆਂ ਹੀ ਮੈਂ ਉਧਰ ਨੂੰ ਨਸ ਤੁਰਿਆ ਉੱਥੇ ਅਪੜਿਆ ਤਾਂ ਪਤਾ ਲੱਗਾ ਬੱਸ ਨੂੰ ਅਜੇ ਥੋੜਾ ਟਾਈਮ ਸੀ ਕੋਲੀ ਖੋਖੇ ਤੋਂ ਇੱਕ ਹੋਰ ਵੀਰ ਨੇ ੱੱਕੇ ਨਾਲ ਮਸਲੇ ਵਾਲੀ ਮਸਾਲੇ ਵਾਲੀ ਚਾਹ ਦਾ ਕੱਪ ਫੜਾ ਦਿੱਤਾ ਆਖੇ ਸਾਤੋਂ ਵੀ ਕੁਝ ਪੀਂਦੇ ਜਾਓ ਚਾਹ ਪੀਂਦਿਆਂ ਖਿਆਲ ਆਇਆ ਗੋਲ ਗੱਪਿਆਂ ਦੇ ਪੈਸੇ ਤੇ ਦਿੱਤੇ ਹੀ ਨਹੀਂ ਫਿਰ ਛੇਤੀ ਨਾਲ ਵਾਪਸ ਪਰਤੇ ਆ ਪੁੱਛਿਆ ਭਾਈ ਜਾਨ ਕੀ ਗੱਲ ਚੇਤਾ ਭੁੱਲ ਗਿਆ ਤੂੰ ਪੈਸੇ ਤੇ ਲੈ ਹੀ ਨਹੀਂ ਨਾ ਹੀ ਦੌੜੇ ਜਾਂਦੇ ਨੂੰ ਮਗਰੋਂ ਆਵਾਜ਼ ਹੀ ਮਾਰੀ ਅੱਗੇ ਹੱਸ ਪਿਆ ਆਖੇ ਸਰਦਾਰਾ ਜਿਸ ਤੋਂ ਮੇਰੇ ਟੱਬਰ ਦੀ ਗੁਜ਼ਰਬਸਰ ਚੱਲਦੀ ਹੋਵੇ ਉੱਥੇ ਚੇਤਾ ਭੁੱਲਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਪਰ ਤੈਨੂੰ ਦੌੜੇ ਜਾਂਦੇ ਨੂੰ ਵੇਖ ਜਾਣ ਕੇ ਹੀ ਮਗਰੋਂ ਆਵਾਜ਼ ਨਹੀਂ ਮਾਰੀ ਕਿ ਪਤਾ ਨਹੀਂ ਤੇਰੇ ਬੋਝੇ 'ਚ ਪਾਕਿਸਤਾਨੀ ਕਰੰਸੀ ਹੈ ਵੀ ਕਿ ਨਹੀਂ ਅਸੀਂ ਲੋਕ ਮਹਿਮਾਨਾਂ ਦੇ ਚਿਹਰੇ ਤੇ ਸ਼ਰਮਿੰਦਗੀ ਲਿਆਉਣੀ ਹਰਾਮ ਸਮਝਦੇ ਹਾਂ ਮਗਰੋਂ ਬੜਾ ਜ਼ੋਰ ਲਾਇਆ ਪਰ ਪੈਸੇ ਤਾਂ ਵੀ ਨਾ ਲਾਏ ਸਿਆਲਕੋਟ ਜਾਂਦੀ ਬੱਸ ਦੀ ਬਾਰੀ 'ਚੋਂ ਨਾਲੇ ਪੁਰਖਿਆਂ ਦੀ ਧਰਤੀ ਵੇਖੀ ਜਾਵਾਂ ਤੇ ਨਾਲੇ ਸੋਚੀ ਜਾਵਾਂ ਜਿਹੜੀ ਕੌਮ ਆਪਣੇ ਮਹਿਮਾਨਾਂ ਦੇ ਚਿਹਰਿਆਂ ਤੇ ਸ਼ਰਮਿੰਦਗੀ ਦੇ ਰੱਤੀ ਪਰ ਅਹਿਸਾਸ ਤੱਕ ਵੇਖਣਾ ਵੀ ਹਰਾਮ ਸਮਝਦੀ ਹੋਵੇ ਉਹਨਾਂ ਦੇ ਘਰਾਂ ਚੋਂ ਭਲਾ ਬਰਕਤ ਕਿਦਾਂ ਰੁੱਸ ਸਕਦੀ ਹੈ ਇਦਾਂ ਹੀ ਕੌਮ ਦੇ ਮਹਾਨ ਸ਼ਹੀਦ ਮੇਜਰ ਬਲਦੇਵ ਸਿੰਘ ਘੁੰਮਣ ਦੇ ਪੁੱਤ ਦੀ 왈ਤੇ ਬਾਪੂਆਂ ਦੇ ਦਿਨ ਤੇ ਇੱਕ ਕਹਾਣੀ ਪੜੀ ਸਨ 83 ਵਿੱਚ ਪੰਜਵੇਂ ਚ ਪੜ੍ਹਦੇ ਨੂੰ ਸਕੂਲ ਵਾਸਤੇ ਘਰੋਂ 5 ਰੁਪਏ ਮਿਲੇ ਉਸ ਦਿਨ ਸਕੂਲੋਂ ਬੈਜ ਤੇ ਕਾਪੀਆਂ ਮਿਲលੀਆਂ ਸਨ ਲਾਈਨ 'ਚ ਲੱਗੇ ਦੀਵਾਰੀ ਆਈ ਤਾਂ ਮੈਡਮ ਨੂੰ 5 ਰੁਪਏ ਫੜਾ ਦਿੱਤੇ ਇੰਨੇ ਨੂੰ ਮੈਡਮ ਦਾ ਦਫ਼ਤਰੋਂ ਸੁਨੇਹਾ ਆ ਗਿਆ ਵਾਪਸ ਭਰਤੀ ਤੇ ਮੈਨੂੰ ਆਖਣ ਲੱਗੀ ਪੈਸੇ ਆਖਿਆ ਉਹ ਤਾਂ ਦੇ ਦਿੱਤੇ ਨੇ ਉਹ ਮੰਨੀ ਨਾ ਗੱਲ ਘਰ ਤੱਕ ਜਾ ਆਪੜੀ ਮੇਰੇ ਡੈਡ ਨੇ ਇੱਕ ਪਰਚੀ ਲਿਖੀ ਆਖਿਆ ਇਹ ਮੈਡਮ ਨੂੰ ਦੇ ਦੇਂ ਅਗਲੇ ਦਿਨ ਪਰਚੀ ਉਂਝ ਦੀ ਉਂਝੀ ਮੈਡਮ ਨੂੰ ਦੇ ਦਿੱਤੀ ਵਿੱਚ ਲਿਖਿਆ ਸੀ ਮੇਰਾ ਪੁੱਤ ਸੱਚ ਬੋਲਦਾ ਹੈ ਤੁਸੀਂ ਆਪਣਾ ਹਿਸਾਬ ਚੈੱਕ ਕਰੋ ਫਿਰ ਵਾਕਈ ਸਭ ਕੁਝ ਠੀਕ ਨਿਕਲਿਆ ਮੜੋ ਉਹਨਾਂ ਬੈਜ ਵੀ ਦਿੱਤਾ ਕਾਪੀਆਂ ਵੀ ਤੇ ਸ਼ਾਬਾਸ਼ ਵੀ ਕਾਪੀਆਂ ਤੇ ਬੈਜ ਦਾ ਤੇ ਪਤਾ ਨਹੀਂ ਪਰ ਦਿਲ ਦੀਆਂ ਤਿਆਂ ਨਾਲ ਘੁੱਟ ਕੇ ਵੱਜਾ ਸ਼ਾਬਾਸ਼ੀ ਦਾ ਇਹ ਅਹਿਸਾਸ ਅੱਜ ਵੀ ਇਹ ਸੁਨਿਆ ਦਿੰਦਾ ਹੈ ਕਿ ਅੱਜ ਦੇ ਦਿਨ ਤੇ ਜੇ ਕੋਈ ਬਾਪ ਆਪਣੇ ਪੁੱਤ ਨੂੰ ਵੱਡੇ ਤੋਂ ਵੱਡਾ ਤੋਹਫ਼ਾ ਦੇ ਸਕਦਾ ਤਾਂ ਉਹ ਹੋਏਗਾ ਆਪਣੇ ਪੁੱਤ ਤੇ ਕੀਤਾ ਇਤਬਾਰ ਕੋਈ ਅੱਖਾਂ ਮੀਟ ਕੇ ਮੇਰਾ ਪੁੱਤ ਝੂਠ ਬੋਲ ਹੀ ਨਹੀਂ ਸਕਦਾ ਫਿਰ ਜੇ ਪੁੱਤ ਦੀਆਂ ਰਗਾਂ 'ਚ ਪੁਰਖਿਆਂ ਦਾ ਅਸਲ ਖੂਨ ਹੋਏਗਾ ਤਾਂ ਵਾਕਈ ਕਦੀ ਕੋਈ ਗਲਤ ਕੰਮ ਨਹੀਂ ਕਰੇਗਾ ਭਾਵੇਂ ਇੰਜ ਦੇ ਸੰਕੋਚਵੇਂ ਜੇ ਤੋਹਫੇ ਦੇਣ ਵਾਲਾ ਬਾਪ ਉਸ ਵੇਲੇ ਤੱਕ ਜਿਉਂਦਾ ਰਹੇ ਤੇ ਭਾਵੇਂ ਨਾ ਧੰਨਵਾਦ